हेलो गाइस, आज हमारे साथ है रफान भाई। गाइस, आज मौसम बहुत प्यारा है, इसीलिए हम दोनों का कैमरामैन सहारा है। वो देखो हमारा कैमरामैन। भाई वाह, क्या शेर बोलिया, क्या दावा, क्या दम। कैमरामैन जन बड़ा सर, अज असी हुक्का बनाया, तुहानू असी दिखाण आए आ ते असी इंशाल्लाह तआला तुहानू दिखावांगे बना के। देखो वड्डा हुक्का, ए आओ वेखो किड्डा वड्डा हुक्का, एड्डा वड्डा हुक्का कदे तुसी जिंदगी च नहीं वेख्या होणा हैगा। बस इन्होंने बनाया ही? नहीं नहीं, मैं भी बनाया थोड़ा जहा। अच्छा जी, हाँ जी, इन्होंने भी बनाया थोड़ा जिन्ना। हाँ थोड़ा जहा। फान भाई ने हुण दे विच ना 1007 मण तमाखू पाउणा वा ते कोई कोई 1500 टन बंदा लिया के इत्थे पीण वास्ते बिठाउणा वा। ठीक है गाइस, ए की गल, हुक्का वा ते की ना ओदी चैनक भला केड़ी हुक्के दी। हाँ जी, ओ चैनक दी हुक्के दी चैनक वेखो चाजी ओड़ी, ओ हुक्के दी चैनक आ इहदे विच अग अग तरिया कन्नी आ। लो ਉਹ ਇਦਾਂ ਵੱਡਾ ਹੁੱਕਾ ਮੈਂ ਪਹਿਲੀ ਵਾਰੀ ਵੇਖਣ ਦਿਆਂ, ਮੈਨੂੰ ਪਹਿਲਾਂ ਨਹੀਂ ਦੱਸਿਆ ਤੁਸੀਂ। ਹੁਣ ਤਾਂ ਤਮਾਖੂ ਵੀ ਦਿਖਾਉਂਦੇ ਜਿਹੜਾ ਅਸੀਂ ਇਹਦੇ ਨਾਲ ਹੀ ਬੀਜਿਆ ਹੋਇਆ ਵਾ ਆਪਣਾ ਚੁੱਟਾ ਵਾ। ਛੋਟੇ ਲੋਕ ਛੋਟੀਆਂ ਗੱਲਾਂ। ਓ ਗਾਈਜ਼, ਥੱਲੇ ਟੋਏ ਟੁੱਤੇ ਕਰ ਕੈਮਰਾ, ਓ ਟੋਏ ਦੇ ਥੱਲੇ ਦੇਖੋ ਤਮਾਖੂ ਬੀਜਿਆ ਹੋਇਆ ਵਾ, ਉਹ ਕੂਟੀ ਜਾਂਦੇ ਵਾ। ਉਹ ਤੁਹਾਨੂੰ ਇਸ਼ਾਰਾ ਤਾਰਾ ਅਸੀਂ ਤਮਾਖੂ 'ਚ ਕਨਵਰਟ ਕਰਕੇ ਹੁੱਕਾ ਚਾਲੂ ਕਰਕੇ ਤਾਂ ਉਹ ਜਿਹੜੇ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ। ਔਰ ਗਾਈਜ਼, ਆਹ ਕੁਹਲਾਣੇ ਕੇ ਲੀਏ ਇਹ ਫੋਰ ਵਿਸਾਖੀ ਦੇ ਗਏ ਹਮ ਜੀ, ਆਹ ਕੁਹਲਾਣੇ ਕੇ ਲੀਏ। ਵਾਹ ਜੀ ਵਾਹ, ਕਿਆ ਰਫਾਨ ਭਾਈ ਨੇ ਸ਼ੇਰ ਬੋਲਿਆ, ਕਿਆ ਦਾਵਾਂ, ਕਿਆ ਦਮ ਲਿਆ ਵੇ। 3 ਮਾਸ਼ੇ 5 ਰੱਤੀ ਸੋਨਾ ਨਿਕਲਿਆ ਵਾ, ਠੀਕ ਹੈ। ਤੇ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਵੱਡੀ ਸਾਰੀ ਮਸ਼ੀਨ ਲਿਆ ਕੇ ਲਾਤੀ। ਉਹ ਮਸ਼ੀਨ ਸਾਹਮਣੇ ਲੱਗੀ ਹੋਈ ਆ, ਦੇਖ ਲਓ, ਠੀਕ ਹੈ। ਸੋਨਾ ਇੱਥੇ ਆਹ ਵੇਖੋ, ਹੁੱਕੇ ਚ ਮਾਰਨ ਵਾਲੀ ਤੀਲ ਭਾਜੀ। ਆਹ ਮਾਸ਼ਾਅੱਲਾ, ਚੁਸੀ ਅੰਬੀਅਰ ਦਾ ਮੂੰਹ ਲੈ ਕੇ ਬਲੌਗ ਬਣਾਉਣ ਆ ਗਿਆ ਵਾ। ਬਲੌਗ ਦੱਸ, ਕੋਈ ਸਾਫ਼ ਜਗ੍ਹਾ ਰੱਖੀ ਦੀ ਹੁੰਦੀ ਤਾਂ ਬਲੌਗ ਬਣਾਈਦਾ ਹੁੰਦਾ ਵਾ, ਠੀਕ ਆ ਨਾ। ਆਹ ਖੁਰੇ 'ਚ ਮਲੰਗ ਡਿੱਗਿਆ ਹੁੰਦਾ ਵਾ, ਲੋਟੇ ਵਿੱਚ ਅੰਬ ਥੰਦੇ ਕੀਤੇ, ਉਹਦੇ 'ਚ ਸਲਾਬ ਆਇਆ ਹੁੰਦਾ ਵਾ। ਇਹਨਾਂ ਦਾ ਘਰ ਇੱਦਾਂ ਨਿੱਕਾ ਹੁੰਦਾ, ਇੱਦਾਂ ਨਿੱਕਾ ਹੁੰਦਾ, ਮੈਂ ਥੋਕ ਸਵਦਾ ਅੱਧਾ ਘਰ ਦਾ ਬਿਜ। ਵੱਡਾ ਵਾ ਸਮੁੰਦਰ ਇਹਨਾਂ ਦੇ ਘਰ 'ਚ, ਮਾਰ ਕੇ ਮਾਰੇ ਉਹ ਵੀ ਚਲ ਗਿਆ, 3-4 ਹੀ ਲਾਈਆਂ ਉੱਥੇ ਚਲ ਗਿਆ। ਬੋਲ ਬੋਲ, ਤੂੰ ਬੋਲ। ਇਹਨਾਂ ਦਾ ਘਰ ਏਡਾ ਵੱਡਾ ਵਾ, ਇਹ ਘਰ ਝਾੜੂ ਨਾ ਨਹੀਂ ਕਰਦੇ, ਆ ਫਸੋਲਾ ਨਾ ਝਾੜੂ ਬੰਨ ਕੇ ਨਾ ਫਿਰ ਵੀ ਸਫਾਈ ਕਰਦੇ। ਇਹਨਾਂ ਦਾ ਘਰ ਏਡਾ ਵੱਡਾ, ਏਡਾ ਵੱਡਾ, ਵਾਸ਼ਰੂਮ 'ਚ ਜਾਣ ਤੇ ਕਾਰ 'ਚ ਜਾਂਦੇ, ਜਾਣਾ ਪੈਂਦਾ।